ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਰਮਨ ਪੰਜਾਬੀ ਕੁਕਿੰਗ ਐਂਡ ਵਲੌਗ ਦੇ ਵਿੱਚ। ਅੱਜ ਦਿਨ ਹੈਗਾ ਜਿਹੜਾ ਮੰਗਲਵਾਰ ਹੈ, ਤਰੀਕ ਪਤਾ ਨਹੀਂ ਕਿੰਨੀ ਹੈ ਜੀ, ਕਿੰਨੀ ਤਰੀਕ ਅੱਜ? 28। 28 ਅਤੇ ਗਰਮੀ ਜਿਹੜੀ ਬਹੁਤ ਜ਼ਿਆਦਾ ਹੋਈ ਪਈ ਹੈ, ਅਤੇ ਮੀਂਹ ਦਾ ਹਜੇ ਕੋਈ ਪਤਾ ਪਤਾ ਨਹੀਂ ਕਦੋਂ ਪਵੇ ਨਾ ਪਵੇ, ਹੈ ਨਾ। ਅਤੇ ਆਪਾਂ ਨਾ ਜਿਹੜੇ ਸਵੇਰ ਦੇ ਸਾਰੇ ਕੰਮ ਨਿਬੇੜ ਲਿਆ, ਟਾਈਮ ਜਿਹੜਾ 11:30 ਦਾ ਹੋ ਗਿਆ, ਅਤੇ ਬਹੁਤ ਜ਼ਿਆਦਾ ਗਰਮੀ ਆ। ਚਾਹ ਮੈਂ ਖੇਤ ਬਣਾ ਕੇ ਭੇਜਤੀ, ਆਪਣੇ ਖੇਤ ਲੱਗਦੀ ਆ ਜੀਰੀ, ਜਿਹਨੂੰ ਝੋਨਾ ਕਹਿੰਦੇ ਆ ਸਾਡੇ ਬੋਲਦੇ, ਝੋਨਾ ਝੋਨਾ ਲੱਗਦਾ ਹੈ। ਅਤੇ ਜਿਹੜਾ ਝੋਨਾ ਨਾ ਆਪਣਾ ਬਸ 1 ਕਿੱਲਾ ਹੀ ਰਹਿੰਦਾ, ਤਕਰੀਬਨ ਸਾਰਾ ਲੱਗ ਗਿਆ ਅੱਜ, ਨਹੀਂ ਤਾਂ ਕੱਲ੍ਹ ਨੂੰ ਅੱਧਾ ਦਿਨ ਲੱਗ ਕੇ ਜਾਂ ਅੱਜ ਸ਼ਾਮ ਤੱਕ ਨਿਬੜ ਜੂਗਾ। ਅਤੇ ਬਾਕੀ ਦੇਖੋ, ਇੱਕ ਗਰਮੀ ਬਹੁਤ ਕਰਕੇ ਨਾ ਔਖਾ ਹੋ ਜਾਂਦਾ, ਲਾਉਣ ਵਾਲਿਆਂ ਨੂੰ ਵੀ ਬਹੁਤ ਔਖਾ ਹੈ ਵੀ ਇੰਨੀ ਗਰਮੀ 'ਚ ਤੁਸੀਂ ਦੇਖੋ ਆਪਾਂ ਪੱਖੇ ਥੱਲੇ ਬੈਠੇ ਹੁੰਦੇ ਹਾਂ ਤਾਂ ਵੀ ਬਹੁਤ ਔਖਾ ਲੱਗਦਾ। ਅਤੇ ਉਹਨਾਂ ਨੂੰ ਤਾਂ ਵਿਚਾਰਿਆਂ ਨੇ ਜਿਹੜਾ ਵੀ ਗਰਮੀ 'ਚ ਪਾਣੀ ਵੀ ਗਰਮ ਹੋ ਜਾਂਦਾ, ਝੋਨਾ ਲਾਉਣਾ ਹੁੰਦਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਆ, ਅਤੇ ਕਿਸੇ ਦਾ ਜਿਹੜਾ ਦਿਲ ਨਹੀਂ ਕਰਦਾ ਗਾ ਗਰਮੀ 'ਚ ਨਿਕਲਣ ਨੂੰ, ਪਰ ਤੁਸੀਂ ਆਪ ਹੀ ਸਮਝ ਸਕਦੇ ਹੋ ਗਰੀਬੀ ਅਤੇ ਢਿੱਡ ਜਿਹੜਾ ਉਹ ਕਰਾਉਂਦਾ, ਹੈ ਨਾ, ਕੰਮ ਕਰਨਾ ਪੈਂਦਾ। ਅਤੇ ਹੁਣ ਜਿਹੜੀ ਗਰਮੀ ਅੱਜ ਬਹੁਤ ਜ਼ਿਆਦਾ ਆ, ਅਤੇ ਇਹ ਜਿਹੜੀ ਵੀਡੀਓ ਤੁਹਾਡੇ ਕੋਲ ਕੱਲ੍ਹ ਨੂੰ ਆਊਗੀ, ਅਤੇ ਕੱਲ੍ਹ ਨੂੰ ਹੋ ਸਕਦਾ ਕਿ ਪਤਾ ਮੀਂਹ ਪੈ ਜਾਵੇ ਜਿਹੜੀ ਇੰਨੀ ਜ਼ਿਆਦਾ ਗਰਮੀ ਪੈਂਦੀ ਆ। ਚਲੋ ਜੇ ਨਾ ਵੀ ਪਿਆ ਅਤੇ ਅੱਜ ਤਾਂ ਇਸ ਵਕਤ ਹਜੇ ਨਾ ਬਹੁਤ ਜ਼ਿਆਦਾ ਗਰਮੀ ਆ, ਅਤੇ 10:30-11 ਦਾ ਟਾਈਮ ਹੋ ਗਿਆ ਮੈਨੂੰ ਨਾ, ਅਤੇ ਨਿਸ਼ਾ ਦੇ ਨਾ ਕੀ ਹੋਇਆ ਹੋਊਗਾ। ਅਤੇ ਆਪਾਂ ਚਾਹ 'ਚ ਬਣਾ ਕੇ ਜਿਹੜੀ ਉਹਨਾਂ ਦੀ ਆ ਝੋਨੇ ਵਾਲਿਆਂ ਨੂੰ ਭੇਜਦੀ ਆ, ਅਤੇ ਆਪਾਂ ਜਿਹੜੀ ਬਣਾਉਂਦੇ ਹਾਂ ਕੜਾਹੀ, ਕੜਾਹੀ ਆਪਾਂ ਭੇਜਾਂਗੇ 2 ਵਾਲੀ ਰੋਟੀ, 2 ਵਾਲੀ ਚਾਹ ਦੇ ਨਾਲ, ਰੋਟੀ ਨਾਲ ਨਹੀਂ ਸੋਰੀ। ਅਤੇ ਇੱਥੇ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਖੇਤ ਦਾ ਵਿਊ, ਕਿੰਨਾ ਕੁ ਆਪਣਾ ਝੋਨਾ ਰਹਿ ਗਿਆ, ਕਿੰਨਾ ਕੁ ਲੱਗ ਗਿਆ। ਅਤੇ ਜਿਹੜੀ ਹੁਣ ਚਾਹ ਪੀ ਜਾਂਦੇ ਆ, 10 ਵਾਲੀ ਚਾਹ ਜਿਹੜੀ ਆਪਾਂ ਭੇਜੀ ਸੀ, 11 ਦਾ ਟਾਈਮ ਹੋ ਗਿਆ ਹੋਣਾ ਵੈਸੇ, ਅਤੇ ਇੱਥੇ ਇਹ ਚਾਹ ਪੀਣ ਵਾਲੇ ਸਾਹ ਲੈ ਲੈਂਦੇ ਆ, ਜਿਹੜੀ ਨਾ 2 ਦਿਨ ਹੋ ਗਏ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਆ, ਅੱਜ ਤਾਂ ਥੋੜ੍ਹੀ ਥੋੜ੍ਹੀ ਜਿਹੜੀ ਹਵਾ ਚੱਲਦੀ ਆ, ਅਤੇ ਪਹਿਲਾਂ ਜਿਹੜੀ ਗਰਮੀ ਕੱਲ੍ਹ ਵੀ ਬਹੁਤ 3-4 ਦਿਨ ਹੀ ਹੋ ਗਏ ਗਰਮੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ, ਅਤੇ ਉੱਪਰੋਂ ਜਿਹੜਾ ਪਾਣੀ ਆ ਉਹ ਵੀ ਗਰਮ ਹੋ ਜਾਂਦਾ। ਇਹਨਾਂ ਨੇ ਚਾਹ ਪੀ ਲਈ ਆ ਅਤੇ ਹੁਣ ਇਹ ਪੱਟਣ ਲੱਗੇ, ਸਾਡੇ ਬੋਲਦੇ ਆ ਪਨੀਰੀ, ਕਈ ਕਹਿੰਦੇ ਫੱਕ, ਹੈ ਨਾ, ਅੱਡੋ ਅੱਡ ਜਿਹੜੀ ਬੋਲੀ ਆ ਝੋਨੇ ਦੀ, ਅਸੀਂ ਕਹਿੰਦੇ ਹਾਂ ਪਨੀਰੀ ਪੱਟਣੀ, ਫੱਕ ਵੀ ਬੋਲਦੇ ਆ, ਅਤੇ ਇਹ ਪੱਟਦੇ ਆ। ਅਤੇ ਆਪਣੇ ਜਿਹੜੇ ਬਸ 1.5 ਕਿੱਲਾ ਹੀ ਰਹਿ ਗਿਆ ਹੈ, ਅਤੇ ਅੱਜ ਜਿਹੜਾ ਅੱਜ 29 ਤਰੀਕ ਹੈ, ਅਤੇ ਅੱਜ ਜਿਹੜਾ ਕੰਮ ਇਹ ਨਿਬੜ ਜੂਗਾ। ਅਤੇ ਵੀਡੀਓ ਮੈਂ ਕੱਲ੍ਹ ਬਣਾਈ ਸੀਗੀ, 28 ਤਰੀਕ ਦੀ ਵੀਡੀਓ ਬਣੀ ਹੋਈ ਆ ਇਹ, ਅਤੇ ਅੱਜ ਹੈਗੀ 29 ਤਰੀਕ। ਅਤੇ ਇੱਥੇ ਪੱਟਦੇ ਪਨੀਰੀ, ਜਿਹੜਾ ਕੰਮ ਆ ਬਹੁਤ ਹੀ ਮਿਹਨਤ ਵਾਲਾ ਹੁੰਦਾ, ਬਹੁਤ ਔਖਾ ਕੰਮ ਹੈ ਇਹ ਵੀ, ਜਿਹੜਾ ਬੰਦਾ ਕਰਦਾ ਉਹ ਹੀ ਕਰ ਸਕਦਾ ਹੈ, ਅਤੇ ਆਪਣੇ ਵਰਗੇ ਤੋਂ ਤਾਂ ਕਿੱਥੇ ਹੁੰਦਾ, ਹੈ ਨਾ। ਗਰਮੀ ਪਾਣੀ ਉੱਪਰ ਦਿੱਤਾ, ਉੱਪਰੋਂ ਧੁੱਪ ਇੰਨੀ ਤੇਜ਼, ਬਹੁਤ ਜ਼ਿਆਦਾ ਔਖਾ, ਬਹੁਤ ਜ਼ਿਆਦਾ ਸਖਤ ਕਮਾਈ ਹੈ ਇਹ, ਬਹੁਤ ਬੁਰਾ ਹਾਲ ਹੁੰਦਾ ਗਰਮੀ ਨਾਲ ਤਾਂ। ਇੱਥੇ ਆਪਾਂ ਜਦੋਂ ਕੁਕਿੰਗ ਦਾ ਕੰਮ ਕਰਦੇ ਹਾਂ, ਚੁੱਲ੍ਹੇ ਚੌਂਕੇ ਦਾ ਰੋਟੀ ਬਣਾਉਂਦੇ ਜਾਂ ਹੋਰ, ਉਦੋਂ ਐਂ ਲੱਗਦਾ ਹੁੰਦਾ ਵੀ ਇੰਨਾ ਔਖਾ ਕੰਮ ਹੋਰ ਕੋਈ ਨਹੀਂ ਗਾ, ਰੋਟੀ ਬਣਾਉਣੀ, ਸਬਜ਼ੀ ਬਣਾਉਣੀ, ਅਤੇ ਤੁਸੀਂ ਦੇਖੋ ਵੀ ਇਹ ਤਾਂ ਉਸ ਤੋਂ ਵੀ ਔਖਾ ਕੰਮ ਹੈ, ਬਹੁਤ ਜ਼ਿਆਦਾ ਔਖਾ। ਮੈਨੂੰ ਤਾਂ ਬਹੁਤ ਲੱਗਾ ਵੀ ਇੰਨੀ ਗਰਮੀ 'ਚ ਧਾਨੀ ਹੈ ਇਹ, ਜਿਹੜੀ ਇੰਨੀ ਗਰਮੀ 'ਚ ਵਿਚਾਰੇ, ਹੈ ਨਾ, ਕੰਮ ਕਰਦੇ ਆ। ਅਤੇ ਇਹਨਾਂ ਦੀ ਆਪਣੀਆਂ ਆ ਸਾਰੀ ਫੈਮਿਲੀ, ਇਹਨਾਂ ਦੇ ਬੱਚੇ ਆ ਨਾਲ ਆਪ ਹੈ, ਅਤੇ 2 ਸਾਲ ਹੋ ਗਏ ਇਹਨਾਂ ਨੂੰ ਸਾਡੇ ਜਿਹੜੇ ਝੋਨਾ ਲਾ ਕੇ ਜਾਂਦਿਆਂ ਨੂੰ, ਬਹੁਤ ਵਧੀਆ ਜਿਹੜਾ ਇਹ ਝੋਨਾ ਲਾਉਂਦੇ ਆ। ਇਹ ਆਪਣੇ ਹੈਗੇ ਮੋਟਰ, ਇਹ ਜਿਹੜਾ ਸਾਡਾ ਖੇਤ ਹੈ ਨਾ, ਇਹ ਪਿੰਡ ਦੇ ਵਿੱਚ ਹੀ ਹੈ, 9 ਇੰਚ ਹੀ ਆ, ਅਤੇ ਹੁਣ ਇਹ ਲਾਉਣ ਲੱਗ ਗਏ। ਚਾਹ ਪੀ ਲਈ ਆ ਝੋਨਾ, ਬਸ ਆਹ ਜਿੱਥੇ ਆਹ ਕੀਤਾ ਕੱਦੂ ਕੀਤਾ ਹੋਇਆ, ਜਿੱਥੇ ਲਾਈ ਜਾਂਦੇ ਝੋਨਾ ਇਹੀ ਵਾਲਾ ਰਹਿੰਦਾ ਹੈ, ਬਾਕੀ ਉੱਪਰ ਤੁਸੀਂ ਦੇਖੋ ਸਾਰਾ ਲੱਗ ਗਿਆ। ਅੱਜ 29 ਤਰੀਕ ਅੱਜ ਜਿਹੜਾ ਹੈਗਾ ਬਸ ਕੰਮ ਜਿਹੜਾ ਖਤਮ ਹੋ ਜੂਗਾ। ਵੀਡੀਓ ਇਹ ਕੱਲ੍ਹ ਦੀ ਆ,
ਕੱਲ ਫਿਰ ਗਰਮੀ ਕਰਕੇ ਇਹਨਾਂ ਤੋਂ ਨਹੀਂ ਕੰਪਲੀਟ ਹੋਇਆ ਗਾ, ਨਹੀਂ ਲੱਗਿਆ ਗਾ, ਸਾਹ ਲੈਣ ਲੱਗ ਜਾਂਦੇ ਆ, ਗਰਮੀ 'ਚ ਔਖਾ ਵੀ ਬਹੁਤ ਹੋ ਜਾਂਦਾ, ਅਤੇ ਅੱਜ ਤਾਂ ਥੋੜ੍ਹੀ ਥੋੜ੍ਹੀ ਜਿਹੜੀ ਹਵਾ ਵਗਦੀ ਆ। ਚਲੋ ਜੀ, ਤੁਸੀਂ ਵੀਡੀਓ ਨਾਲ ਬਣੇ ਰਹੋ ਅਤੇ ਆਪਾਂ ਫਿਰ ਮਿਲਦੇ ਹਾਂ। ਹਾਂਜੀ, ਆਪਾਂ ਖੇਤ ਜਿਹੜਾ ਝੋਨਾ ਲੱਗਦਾ ਤੁਹਾਨੂੰ ਦਿਖਾਤਾ ਹੈ, ਅਤੇ ਆਪਾਂ ਹੁਣ ਇੱਧਰ ਬਣਾਈ ਸੀਗੀ ਕੜਾਹੀ, ਅਤੇ ਆਪਾਂ ਜਿਹੜੀ ਆ ਡੋਲਿਆਂ 'ਚ ਪਾ ਦਿੰਦੇ ਹਾਂ, ਅਤੇ ਜਿਹੜੀ ਦੋ ਵਜੇ ਦਾ ਟਾਈਮ ਹੋ ਗਿਆ, ਅਤੇ ਹੁਣ ਉਹ ਜਿਹੜੀ ਚਾਹ ਪੀਣਗੇ ਨਾਲ ਉਹਦੇ ਨਾਲ ਖਾ ਲੈਣਗੇ, ਕਿਉਂਕਿ ਨਿਆਣੇ ਆ ਉਹਨਾਂ ਨਾਲ ਵੀ। ਅਤੇ ਚਲੋ ਆਪਾਂ ਬਣਾ ਲਈਏ, ਅਤੇ ਮੈਂ ਦੋ ਡੋਲਿਆਂ 'ਚ ਪਾ ਦਿੱਤੀ ਆ, ਕਿਉਂਕਿ ਆਪਾਂ ਦੋਨੇ ਖੇਤੀ ਲੈ ਕੇ ਜਾਣੀ ਆ, ਜਿਹੜੀ ਜ਼ਿਆਦਾ ਵਾਲੀ ਆ ਉਹਨਾਂ ਨੂੰ ਦੇ ਦੇਣਗੇ, ਬਾਕੀ ਜਿਹੜੀ ਨਿੱਕੇ ਡੋਲਨੇ 'ਚ ਪਾਈ ਉਹ ਆਪਾਂ ਘਰ ਖਾ ਲਾਂਗੇ। ਚਲੋ ਜੀ, ਫਿਰ ਅੱਜ ਵਾਲੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਆਪਣੇ ਸੋਹਣੇ ਸੋਹਣੇ ਸੁਝਾਅ ਜਿਹੜੇ ਕਮੈਂਟ ਬਾਕਸ ਵਿੱਚ ਵੀ ਜ਼ਰੂਰ ਦਿਓ। ਚਲੋ ਜੀ, ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ, ਟੇਕ ਕੇਅਰ।